यस गुड मॉर्निंग टेंसी असी बेटा कल किया प्रार्थना चैप्टर दे जिहड़े बैक एक्सरसाइज के क्वेश्चंस ने ठीक है असी वह किए थे राइट अज आप जो वन वर्ड असाइनमेंट सेंड की है वह कर लेंगे हाँ ठीक है बाकी जी एक्सट्रा असाइनमेंट मैं थोड़ा सेंड करा लोंग क्वेश्चन आंसर भी आएंगे ठीक है फिर आप बाद डिस्कस करा ठीक है पहला वन वर्ड क्वेश्चन कर लीए असाइनमेंट अपनी ओपन कर लो आफ्टर दैट आप करा तस्वीर वर्णन टाइम मिलिया तो फिर आप करा अगेत्र ठीक है सो वन वर्ड देखो बच्चे पहला क्वेश्चन सी प्रार्थना लेख किस्सा लिखा हुआ है ऑलरेडी लिखा हुआ है डॉक्टर बलबीर सिंह ठीक है बलबीर सिंह बोर्ड पर लिखा हुआ है और लेखक दे बारे भी तुहानू पूछा जा सकता है इन्होंने माता पिता का नाम जन्म पूछा जा सकता है रचनावां पूछा जा सकदियां हन केड़ी इन्हां नू पुरस्कार मिलिया वह भी पूछा जा सकता है ठीक है सेकेंड है मनुख की जिंदगी विच की जरूरी है आंसर तुसीं देने ने सो हाथ खड़े कर लो अपने मनुख की जिंदगी विच की जरूरी है हाँ जी अमृत अरदास जरूरी है ठीक है जी मनुख की जिंदगी विच अरदास जरूरी है नेक्स्ट सब तो ज्यादा सियाणा आदमी किसनू मन्या गया है सियाणा आदमी अमृत तो इलावा आपा चैप्टर दे स्टार्टिंग विच ही पढ़िया सी हाँ जी अमृत सुकरात 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 है कौन सी यूनान दा प्रसिद्ध विद्वान जिन्हें की किता सी मन्या जांदा है कि जहर दे प्याले नूं इन्हें शरबत वांगू पी लिया सी ठीक है ते ए भी क्वेश्चन आ सकता है कि सुकरात अगे है ही है फोर्थ क्वेश्चन सुकरात ने जहर दा प्याला की समझ के पी लिया सी वो मैं बोल ही दिता है शरबत दा ठीक है नेक्स्ट फिफ्थ है सुकरात किस दा कायल सी कायल मतलब किस दा ज्यादा वो प्रेमी सी ठीक है किस दा सी सुकरात हाँ जी हिमानी अरदास दा कायल सी नेक्स्ट है किस धर्म विच अरदास दी खास अहमियत है किस धर्म विच मेहुल सिख धर्म विच धर्म विच ਕਿਹੜੇ ਕਿਹੜੇ ਮੌਕੇ ਉੱਪਰ ਅਰਦਾਸ ਕੀਤੀ ਜਾਂਦੀ ਹੈ ਇਹ ਕੱਲ ਆਪਾਂ ਲੌਂਗ ਕੁਐਸਚਨ ਚ ਵੀ ਡਿਸਕਸ ਕਰ ਚੁੱਕੇ ਹਾਂ ਜਸਲੀਨ ਮੈਮ ਸਿੱਖ ਧਰਮ ਵਿੱਚ ਹਰ ਮੌਕੇ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਕੋਈ ਇਹੋ ਜਿਹਾ ਮੌਕਾ ਨਹੀਂ ਜਿੱਥੇ ਜੋ ਅਰਦਾਸ ਤੋਂ ਬਿਨਾਂ ਹੋ ਜਾਵੇ ਜਿਵੇਂ ਕਿ ਜਨਮ ਮੇਰੇ ਮਰਨ ਵੇਲੇ ਵਿਆਹ ਵੇਲੇ ਜੰਗ ਵੇਲੇ ਹਰ ਇੱਕ ਮੌਕੇ ਤੇ ਅਰਦਾਸ ਕੀਤੀ ਜਾਂਦੀ ਹੈ ਠੀਕ ਹੈ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਕੋਈ ਵੀ ਚੰਗਾ ਕੰਮ ਕਰਨਾ ਹੈ ਤਾਂ ਆਪਾਂ ਅਰਦਾਸ ਕਰਦੇ ਹੀ ਕਰਦੇ ਹਾਂ ਨੈਕਸਟ ਹੈ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਕਦੋਂ ਵੱਜਿਆ ਸਟਾਰਟ ਕਦੋਂ ਹੋਈ ਇਹ ਮੇਹੁਲ ਮੈਮ 1893 अरदास की है जसलीन पता थानू अरदास की है अमृतपाल अरदास एक फर्ज है गुड अरदास एक फर्ज है जो असी करना ही करना है साड़ी ड्यूटी है ठीक है नेक्स्ट अरदास का उत्तर मिलना ही नहीं चाहिदा ये किसने लिखा सी अरदास का उत्तर मिलना ही नहीं चाहिए हिमानी यह ऑस्कर वाइल्ड ने लिखा सी ऑस्कर वाइल्ड ने क्या सीखा ठीक है अरदास का उत्तर मिलना ही नहीं चाहिए नेक्स्ट जेकर अरदास का उत्तर मिले तो वह किस का सिलसिला बन जाता है
ਮੇਹੁਲ ਉਹ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦਾ ਹੈ। ਠੀਕ ਹੈ, ਜੇਕਰ ਉਹ ਕਹਿੰਦੇ ਕਿ ਅਰਦਾਸ ਦਾ ਉੱਤਰ ਮਿਲਣ ਹੀ ਲੱਗ ਪਵੇ ਤਾਂ ਉਹ ਖਤੋ ਕਿਤਾਬਤ ਦਾ, ਠੀਕ ਹੈ, ਜਾਂ ਕਿਤਾਬਤ ਦਾ ਸਿਲਸਿਲਾ ਹੀ ਬਣ ਜਾਂਦਾ ਹੈ। ਨੈਕਸਟ, ਅਰਦਾਸ ਕਿਸ ਦੇ ਭਲੇ ਲਈ ਕੀਤੀ ਜਾਂਦੀ ਹੈ? ਅਰਦਾਸ ਕਿਸ ਦੇ ਭਲੇ ਲਈ ਕੀਤੀ ਜਾਂਦੀ ਹੈ? ਜਸਲੀਨ, ਅਰਦਾਸ ਨਿੱਜੀ ਯਾਚਨਾ ਤੇ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ। ਨਿੱਜੀ ਯਾਚਨਾ ਜਾਂ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਹੈ। ਸਰਬੱਤ ਦਾ ਭਲੇ ਹੀ ਆਏਗਾ, ਨਿੱਜੀ ਯਾਚਨਾ ਨਹੀਂ ਆਏਗੀ। ਨਿੱਜੀ ਮਤਲਬ ਆਪਾਂ ਨਿੱਜ ਤੋਂ ਉੱਪਰ ਉੱਠ ਜਾਂਦੇ ਹਾਂ, ਲੋਕਾਂ ਬਾਰੇ ਸੋਚਦੇ ਹਾਂ, ਸਿਰਫ ਸਰਬੱਤ ਦੇ ਭਲੇ ਲਈ ਲਿਖਿਓ ਇਹਦੇ ਵਿੱਚ, ਠੀਕ ਹੈ। ਨੈਕਸਟ, ਸਿੱਖ ਲਈ ਅਰਦਾਸ ਕਿਸ ਦਾ ਸਾਧਨ ਹੈ? ਹਿਮਾਨੀ, ਚੜ੍ਹਦੀ ਕਲਾ ਦਾ ਸਾਧਨ। ਹਾਂਜੀ, ਚੜ੍ਹਦੀ ਕਲਾ ਦਾ ਸਾਧਨ ਹੈ। ਨੈਕਸਟ, ਅਰਦਾਸ ਕਰਨ ਨਾਲ ਕਿਹਨਾਂ ਤੋਂ ਸਾਡਾ ਖੇੜਾ ਛੁੱਟ ਜਾਂਦਾ ਹੈ? ਯੈਸ ਹਿਮਾਨੀ, ਸਾਰੀ ਦੁੱਖ ਤਕਲੀਫਾਂ ਤੋਂ, ਦੁੱਖ ਤਕਲੀਫਾਂ ਦਾ, ਜਾਂ ਤੁਸੀਂ ਕਹਿ ਸਕਦੇ ਹੋ ਸਾਡੀ ਛੋਟੀ ਸੋਚ ਦਾ, ਸਾਡੇ ਨਿਕਾਰੇਪਨ ਦਾ, ਸਾਡੇ ਛੋਟੇ ਦਿਲਪਨ ਦਾ, ਇਹਨਾਂ ਸਾਰਿਆਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਨੈਕਸਟ, ਮਹਾਰਾਜਾ ਰਣਜੀਤ ਸਿੰਘ ਵਿੱਚ ਕਿਹੜੇ ਕਿਹੜੇ ਗੁਣ ਸਨ? ਮਹਾਰਾਜਾ ਰਣਜੀਤ ਸਿੰਘ ਵਿੱਚ ਕਿਹੜੇ ਕਿਹੜੇ ਗੁਣ ਸਨ? ਕਿਹੜੇ ਕਿਹੜੇ ਸੀ ਆਪਾਂ ਪੜ੍ਹੇ ਸੀ? ਨਹੀਂ ਪਤਾ ਹਿਮਾਨੀ? ਰਾਜਾ ਰਣਜੀਤ ਸਿੰਘ ਇੱਕ ਦਿਆਲੂ ਤੇ ਤਾਕਤਵਰ ਰਾਜਾ ਸਨ ਤੇ ਉਹ ਆਪਣੀ ਪ੍ਰਜਾ ਨਾਲ ਪੂਰਾ ਇਨਸਾਫ ਕਰਦੇ ਸਨ। ਠੀਕ ਹੈ, ਹੋਰ ਵੀ ਸੀਗੇ ਜਸਲੀਨ? ਮੈਮ, ਮਹਾਰਾਜਾ ਰਣਜੀਤ ਸਿੰਘ ਵਿੱਚ ਬਹਾਦਰੀ, ਉਦਾਰਤਾ ਤੇ ਲੋਕਾਂ ਨੂੰ ਸਹਾਰਾ ਦੇਣ ਦੇ ਗੁਣ। ਗੁੱਡ, ਬਹਾਦਰੀ ਦਾ, ਉਦਾਰਤਾ ਦਾ, ਦਿਆਲਤਾ ਦੇ, ਇਹ ਸਾਰੇ ਉਹਨਾਂ ਵਿੱਚ ਗੁਣ ਸਨ। ਨੈਕਸਟ, ਮਹਾਰਾਜਾ ਰਣਜੀਤ ਸਿੰਘ ਔਖੇ ਵੇਲੇ ਕੀ ਕਰਦਾ ਸੀ? ਹਾਂਜੀ ਅੰਮ੍ਰਿਤਪਾਲ, ਅਰਦਾਸ ਕਰਦਾ ਸੀ। ਠੀਕ ਹੈ ਜੀ, ਅਰਦਾਸ ਕਰਦਾ ਸੀ। ਆਕੀ ਕੌਣ ਹੋ ਗਿਆ ਸੀ? ਆਕੀ ਮੀਨਸ ਬਾਗੀ, ਆਕੀ ਕੌਣ ਹੋ ਗਿਆ ਸੀ? ਜਸਲੀਨ, ਮੈਮ ਇੱਕ ਵੱਡਾ ਸਰਦਾਰ ਜੋ ਕਿ ਧਾੜਵੀ ਹੋ ਗਿਆ ਸੀ ਤੇ ਪਰਮੇਸ਼ਰ ਨੂੰ ਪਰਮੇਸ਼ਰ ਦਾ ਨਾਂ ਨਹੀਂ ਲੈਂਦਾ ਸੀ ਤੇ ਅਰਦਾਸ ਨਹੀਂ ਕਰਦਾ ਸੀ। ਠੀਕ ਹੈ, ਆਕੀ ਕੌਣ ਹੋ ਗਿਆ ਸੀ? ਸਰਦਾਰ ਜੋ ਕਿ ਧਾੜਵੀ ਸੀ, ਠੀਕ ਹੈ, ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਸੀ ਤੇ ਫਿਰ ਬਾਅਦ ਵਿੱਚ ਉਹ ਆਕੀ ਹੋ ਗਿਆ, ਬਾਗੀ ਹੋ ਗਿਆ ਸੀਗਾ, ਹਰ ਇੱਕ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ। ਠੀਕ ਹੈ, ਨੈਕਸਟ ਹੈ, ਸਰਦਾਰ ਨੂੰ ਕਿਹੜੇ ਕਿਲੇ ਵਿੱਚ ਕੈਦ ਕੀਤਾ ਗਿਆ? ਸਰਦਾਰ ਨੂੰ ਕਿਹੜੇ ਕਿਲੇ ਵਿੱਚ ਕੈਦ ਕੀਤਾ ਗਿਆ? ਅੰਮ੍ਰਿਤਪਾਲ, ਰੋਹਤਾਸ ਦੇ ਕਿਲੇ। ਰੋਹਤਾਸ ਦੇ ਕਿਲੇ ਵਿੱਚ, ਠੀਕ ਹੈ, ਆਂਸਰ ਦਿਆ ਕਰੋ ਬੇਟਾ, ਬਾਕੀ ਵੀ ਰੋਹਤਾਸ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀਗਾ। ਨੈਕਸਟ ਹੈ, ਸਰਦਾਰ ਕਿਸ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ? ਸਰਦਾਰ ਕਿਸ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ? ਹਰਸ਼ਿਤ, ਮੈਮ ਪਰਮਾਤਮਾ। ਹਾਂਜੀ ਠੀਕ ਹੈ, ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ, ਅਰਦਾਸ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਨੈਕਸਟ ਹੈ, ਸਰਦਾਰ ਨੂੰ ਅੰਨ ਪਾਣੀ ਕੌਣ ਦੇਣ ਆਉਂਦਾ ਸੀ? ਸਰਦਾਰ ਨੂੰ ਅੰਨ ਪਾਣੀ ਕੌਣ ਦੇਣ ਆਉਂਦਾ ਸੀ? ਲਿਖਿਆ ਸੀ ਉੱਥੇ ਅੰਨ ਪਾਣੀ ਦੇਣ ਆਉਂਦਾ ਸੀ ਤਾਂ ਉਹਨੂੰ ਵੀ ਉਹ ਗਾਲਾਂ ਹੀ ਕੱਢਦਾ ਰਹਿੰਦਾ ਸੀ ਹਮੇਸ਼ਾ। ਅੰਮ੍ਰਿਤ, ਸਰਕਾਰੀ ਨੌਕਰ। ਠੀਕ ਹੈ ਜੀ, ਸਰਕਾਰੀ ਨੌਕਰ। ਨੈਕਸਟ ਹੈ, ਸਮਾਂ ਕੱਟਣ ਲਈ ਕੈਦੀ ਕੀ ਕਰ ਰਿਹਾ ਸੀ? ਸਮਾਂ ਕੱਟਣ ਲਈ ਕੈਦੀ ਕੀ ਕਰ ਰਿਹਾ ਸੀ, ਕੀ ਕਰਦਾ ਪਿਆ ਸੀ? ਅੰਮ੍ਰਿਤਪਾਲ, ਕੁਟੀਆ ਦੇ ਜਾਲੇ ਫਲੋਲ ਰਿਹਾ ਸੀ ਜਾਂ ਕੁਟੀਆ ਸਾਫ਼ ਕਰ ਰਿਹਾ ਸੀ। ਨੈਕਸਟ,
ਸ਼ਬਦ ਪੜ੍ਹ ਕੇ ਕੈਦੀ ਨੂੰ ਕੀ ਪ੍ਰਾਪਤ ਹੋਇਆ? ਸ਼ਬਦ ਪੜ੍ਹ ਕੇ ਕੈਦੀ ਨੂੰ ਕੀ ਪ੍ਰਾਪਤ ਹੋਇਆ? ਆਨੰਦ ਪ੍ਰਾਪਤ ਹੋਇਆ ਜਾਂ ਸੁੱਖ ਪ੍ਰਾਪਤ ਹੋਇਆ? ਨੈਕਸਟ, ਸ਼ਬਦਾਂ ਦੇ ਅਰਥ ਸਮਝਣ ਲਈ ਕੈਦੀ ਨੇ ਕਿਸ ਨੂੰ ਬੁਲਾਇਆ? ਸ਼ਬਦਾਂ ਦੇ ਅਰਥ ਸਮਝਣ ਲਈ ਯੈਸ ਹਿਮਾਨੀ ਗ੍ਰੰਥੀ ਨੂੰ ਗ੍ਰੰਥੀ ਨੂੰ ਗੁੱਡ ਨੈਕਸਟ, ਪੋਥੀ ਪੜ੍ਹ ਕੇ ਕੈਦੀ ਦਾ ਵਰਤੀਰਾ ਕਿਹੋ ਜਿਹਾ ਹੋ ਗਿਆ? ਜਦੋਂ ਨੇ ਉਹ ਵਾਲੀ ਬੁੱਕ ਪੜ੍ਹ ਲਈ ਉਹਦਾ ਬਿਹੇਵੀਅਰ ਟੋਟਲੀ ਚੇਂਜ ਹੋ ਗਿਆ। ਉਹ ਆਪਣੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਲੱਗਾ ਤੇ ਉਸ ਵਿੱਚ ਬਹੁਤ ਸਾਰੇ ਗੁਣ ਆ ਗਏ। ਠੀਕ ਹੈ, ਉਹ ਸਰਬੱਤ ਦੇ ਭਲੇ ਬਾਰੇ ਸੋਚਣ ਲੱਗ ਪਿਆ। ਇਸ ਤਰ੍ਹਾਂ ਬਣੇਗਾ ਇਹਦਾ ਕੁਸ਼ਚਨ। ਠੀਕ ਹੈ, ਨੈਕਸਟ ਹੈ, ਸੋਰੀ ਆਂਸਰ ਬਣੇਗਾ ਇੱਦਾਂ, ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਡੇਰਾ ਲਾਇਆ? ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਡੇਰਾ ਲਾਇਆ? ਜਸਲੀਨ, ਮਹਾਰਾਜਾ ਰਣਜੀਤ ਸਿੰਘ ਨੇ ਰੋਹਤਾਸ ਡੇਰਾ ਲਾਇਆ, ਰੋਹਤਾਸ ਕਿਲੇ ਦੇ ਕੋਲ ਆ ਕੇ ਡੇਰਾ ਲਾਇਆ। ਵਜ਼ੀਰ ਦਾ ਕੀ ਨਾਮ ਸੀ? ਵਜ਼ੀਰ ਦਾ ਨਾਮ ਅੰਮ੍ਰਿਤਪਾਲ ਧਿਆਨ ਸਿੰਘ। ਠੀਕ ਹੈ, ਧਿਆਨ ਚੰਦ। ਨੈਕਸਟ ਹੈ, ਮਹਾਰਾਜਾ ਨੇ ਕਿਸ ਨੂੰ ਕੈਦ ਤੋਂ ਛੁਟਕਾਰਾ ਦਿਵਾਇਆ? ਮਹਾਰਾਜਾ ਨੇ ਕਿਸ ਨੂੰ ਕੈਦ ਤੋਂ ਛੁਟਕਾਰਾ ਦਿਵਾਇਆ? ਹਾਂਜੀ ਜਸਲੀਨ, ਮੈਮ ਮਹਾਰਾਜਾ ਨੇ ਉਸ ਕੈਦੀ ਨੂੰ ਛੁਟਕਾਰਾ ਦਿਵਾਇਆ ਜੋ ਕਿ ਪਹਿਲੇ ਤਾੜੀ ਸੀ ਤੇ ਪੋਥੀ ਪੜ ਕੇ ਉਹ ਸਰਦਾਰ ਬਣ ਗਿਆ। ਠੀਕ ਹੈ, ਭਾਰੀ ਕੈਦੀ ਨੂੰ ਵੀ ਲਿਖ ਸਕਦੇ ਹੋ ਆਪਾਂ। ਠੀਕ ਹੈ, ਜਿਹਨੇ ਬਹੁਤ ਸਾਰੇ ਜ਼ੁਲਮ ਕੀਤੇ ਸਨ। ਨੈਕਸਟ, ਮਹਾਰਾਜਾ ਨੇ ਕੈਦੀ ਨੂੰ ਕਿਹੜੀ ਉਪਾਧੀ ਦੇਣ ਲਈ ਕਿਹਾ? ਕਿਹੜੀ ਉਪਾਧੀ ਦੇਣੀ ਚਾਹੀਦੀ ਸੀਗੀ ਤੇ ਕੈਦੀ ਨੇ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ? ਅੰਮ੍ਰਿਤਪਾਲ ਬੋਲੋ ਜੀ। ਸਰਦਾਰ ਦੀ ਉਪਾਧੀ। ਸਰਦਾਰ ਦੀ ਉਪਾਧੀ ਤੇ ਉਹਨੇ ਨਹੀਂ ਲਈ ਸੀ। ਠੀਕ ਹੈ, ਨੈਕਸਟ, ਪਰਮਾਤਮਾ ਦਾ ਨਾਮ ਜਪਣ ਲਈ ਕੀ ਨੇੜੇ ਨਹੀਂ ਲੱਗਦਾ? ਪਰਮਾਤਮਾ ਦਾ ਨਾਮ ਜਪਦੇ ਰਹਿਣ ਨਾਲ ਕੀ ਨੇੜੇ ਨਹੀਂ ਲੱਗਦਾ? ਬਹੁਤ ਵਾਰੀ ਕਰ ਚੁੱਕੇ ਹਾਂ ਆਪਾਂ, ਦੁੱਖ ਦੂਰ ਨੇੜੇ ਨਹੀਂ ਲੱਗਦੇ। ਠੀਕ ਹੈ, ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ, ਜੇ ਸਮੱਸਿਆ ਆ ਵੀ ਜਾਂਦੀ ਹੈ ਤਾਂ ਉਹਦਾ ਕੋਈ ਨਾ ਕੋਈ ਹੱਲ ਨਿਕਲ ਹੀ ਜਾਂਦਾ ਹੈ। ਠੀਕ ਹੈ, ਕੌਣ ਸਾਡੇ ਨਾਲ ਪ੍ਰੇਮ ਕਰਦਾ ਹੈ? ਸਾਡੇ ਨਾਲ ਪ੍ਰੇਮ ਕੌਣ ਕਰਦਾ ਹੈ? ਹਾਂਜੀ ਹਿਮਾਨੀ, ਪਰਮਾਤਮਾ। ਪਰਮਾਤਮਾ ਤੇ ਪਰਮਾਤਮਾ ਨੂੰ ਪਾਉਣ ਦੀ ਕੁੰਜੀ ਕਿਹੜੀ ਹੈ? ਪਰਮਾਤਮਾ ਨੂੰ ਪਾਉਣ ਦੀ ਕੁੰਜੀ ਕਿਹੜੀ ਹੈ? ਪਰਮਾਤਮਾ ਨੂੰ ਪਾਉਣ ਦੀ ਕੁੰਜੀ ਪਰਮਾਤਮਾ ਨਾਲ ਪਿਆਰ ਕਰਨਾ ਹੈ, ਪ੍ਰੇਮ ਕਰਨਾ ਹੈ, ਪ੍ਰੇਮ ਕਰਨਾ ਹੈ। ਮਨੁੱਖ ਨੇ ਅੰਤ ਵਿੱਚ ਕਿੱਥੇ ਜਾਣਾ ਹੈ? ਜਸਲੀਨ, ਮਨੁੱਖ ਨੇ ਅੰਤ ਵਿੱਚ ਪਰਮੇਸ਼ਰ ਦੀ ਦਰਗਾਹ ਵਿੱਚ ਹੀ ਜਾਣਾ ਹੈ, ਦਰਗਾਹ ਵਿੱਚ ਜਾਣਾ ਹੈ। ਤੇ ਕੀ ਲਾਸਟ, ਪਰਮਾਤਮਾ ਦੇ ਘਰ ਵਿੱਚ ਕਿਸ ਦਾ ਨਿਸਤਾਰਾ ਹੋਣਾ ਹੈ? ਲੇਖਾ ਜੋਖਾ ਕਿਹਨਾਂ ਦਾ ਹੁੰਦਾ ਹੈ? ਲੇਖਾ ਜੋਖਾ ਪਰਮਾਤਮਾ ਦੀ ਦਰਗਾਹ ਵਿੱਚ। ਅੰਮ੍ਰਿਤਪਾਲ, ਲਾਸਟ, ਮਨੁੱਖ ਦਾ ਕੀ ਫਰਜ਼ ਹੈ? ਮਨੁੱਖ ਦਾ ਕੀ ਫਰਜ਼ ਹੈ? ਹਾਂਜੀ ਅੰਮ੍ਰਿਤਪਾਲ, ਅਰਦਾਸ ਕਰਨਾ ਹੀ ਮੁੱਖ। ਅਰਦਾਸ ਕਰਨਾ, ਠੀਕ ਹੈ। ਇਹ ਜਿਹੜੇ ਦੋ ਤਿੰਨ ਬੱਚੇ ਨੇ ਨਾ, ਇਹ ਆਂਸਰ ਦਿੰਦੇ ਨੇ, ਬਾਕੀ ਤੁਹਾਡਾ ਕੋਈ ਫਰਜ਼ ਨਹੀਂ। ਤੁਹਾਡਾ ਕੀ ਫਰਜ਼ ਹੈ? ਟੀਚਰ ਨੂੰ ਸੁਣਨਾ, ਹਨਾ, ਟੀਚਰ ਜੋ ਪੁੱਛੇ ਉਹਦੇ ਆਂਸਰ ਦੇਣੇ। ਸੋ ਇਹ ਤਿੰਨ ਚਾਰ ਬੱਚੇ ਹਮੇਸ਼ਾ ਆਂਸਰ ਦਿੰਦੇ ਨੇ, ਸੋ ਵੈਰੀ ਵੈਲ ਡਨ। ਓਕੇ, ਸੋ ਹੋਪ ਕਿ ਤੁਹਾਨੂੰ ਪ੍ਰਾਰਥਨਾ ਚੈਪਟਰ ਈਜ਼ੀਲੀ ਸਮਝ ਲੱਗ ਗਿਆ ਹੋਏਗਾ। ਲੌਂਗ ਕੁਸ਼ਚਨ ਆਂਸਰ ਬੇਟਾ ਤੁਸੀਂ ਆਪਣੀ ਫੇਅਰ ਕਾਪੀ ਤੇ ਕਰਨੇ ਨੇ, ਸ਼ਾਰਟ ਕੁਸ਼ਚਨ ਕੋਈ ਦੱਸ ਕਰਨੇ ਨੇ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਤਸਵੀਰ ਵਰਣਨ। ਓਕੇ, ਪਿਕਚਰ ਮੈਂ ਤੁਹਾਨੂੰ ਸ਼ੋਅ ਕਰਾਂਗੀ, ਤੁਸੀਂ ਮੈਨੂੰ ਦੱਸਣਾ ਹੈ ਉਹਦੀ ਤਸਵੀਰ ਵਰਣਨ ਕਰਨਾ ਹੈ ਆਪਾਂ। ਠੀਕ ਹੈ, ਜਸਟ ਵੇਟ। ਸੀ, ਪਿਕਚਰ ਸ਼ੋਅ ਹੋ ਰਹੀ ਹੈ, ਹਰਸ਼ ਸਾਨੀ ਨਜ਼ਰ ਆ ਰਿਹਾ। ਓਕੇ, ਲਿਸਨ ਬੇਟਾ, ਇਹ ਤੁਹਾਡਾ ਤਸਵੀਰ ਵਰਣਨ ਹੈ। ਠੀਕ ਹੈ, ਜਸਟ ਪ੍ਰੈਕਟਿਸ ਹੈ, ਤੁਸੀਂ ਫੇਅਰ ਕਾਪੀ ਤੇ ਨਹੀਂ ਕਰਨਾ, ਸਿਰਫ ਤੁਸੀਂ ਕਲਾਸ ਵਿੱਚ ਹੀ ਕਰਨਾ ਹੈ। ਠੀਕ ਹੈ, ਪਿਕਚਰ ਤੁਹਾਨੂੰ ਦਿਖਾਈ ਜਾ ਰਹੀ ਹੈ, ਇਹਦੇ ਬਾਰੇ ਕੌਣ ਬੋਲੇਗਾ? ਇਸ ਪਿਕਚਰ ਵਿੱਚ ਕੀ ਕਿਹਾ ਜਾ ਰਿਹਾ ਹੈ? ਤਸਵੀਰ ਵਰਣਨ।
ठीक है। हुण मान लो जो तुहानू एमसीक्यूज आ रहे ने ते एमसीक्यूज विच इदां दी इक पिक्चर दिखाई जा सकती है, उहदे नाल रिलेटड तुहानू क्वेश्चन पुछे जा सकदे ने ए बी सी डी करके, ठीक है। उदां वी मैं तुहानू करवा सकती हाँ। ओके आपां इहदी प्रैक्टिस करदे हां। कौन बोलेगा पिक्चर दे बारे विच की है इह, किस नाल रिलेटड है? हरी आप पिक्चर नू ध्यान नाल देखो ते उहदे बारे बोलो। ओके जसलीन बोल, और भी बेटा बोलिया करो। यस जसलीन, मैम इस चित्र विच ये दिखाया गया है कि कुछ कुड़ियां गीटे खेड रहे हन। ये एक बहुत पुरानी खेड सी जो कि अजकल दे बच्चियां नूं तां पता ही नहीं होवेगी। इस विच चार गीटे हुंदे सन ते एक गेंद हुंदी सी, इन्हां नाल खेड खेडी जांदी सी। वेरी गुड, ठीक है। ਤੁਸੀਂ ਪਹਿਲਾਂ ਤਸਵੀਰ ਬਣਨ ਜਦੋਂ ਆਪਾਂ ਕਰਨਾ ਸਬਜੈਕਟਿਵ ਵੀ ਹੋਏਗਾ ਤੁਹਾਡਾ ਪੇਪਰ, ਠੀਕ ਹੈ। ਸੋ ਇਹ ਐਮਸੀਕਿਊਜ਼ ਨਾ ਆਪਣੇ ਦਿਮਾਗ ਵਿੱਚ ਲੈ ਕੇ ਬੈਠ ਜਿਓ, ਸਬਜੈਕਟਿਵ ਵੀ ਹੋਏਗਾ। ਸੋ ਪਹਿਲਾਂ ਤੁਸੀਂ ਲਿਖਣਾ ਹੈ ਕਿ ਤਸਵੀਰ ਕਿਹਦੀ ਹੈ। ਇਹ ਤਸਵੀਰ ਲੋਕ ਖੇਡਾਂ ਦੀ, ਠੀਕ ਹੈ, ਇੱਕ ਲੋਕ ਖੇਡ ਦੀ ਹੈ। ਲੋਕ ਖੇਡ ਕੀ ਹੁੰਦਾ ਹੈ? ਜਿਹੜੀ ਆਪਾਂ ਪਹਿਲਾਂ ਖੇਡ ਚੁੱਕੇ ਹੁੰਦੇ ਹਾਂ, ਠੀਕ ਹੈ, ਜਿਹੜੇ ਪੁਰਾਣੇ ਟਾਈਮ ਦੇ ਵਿੱਚ ਸਾਰੇ ਜਣੇ ਖੇਡਦੇ ਸੀ। ਇਹ ਇੱਕ ਲੋਕ ਖੇਡ ਹੈ ਜਿਸਦਾ ਨਾਮ ਕੀ ਹੈ? ਗੀਟੇ। ਜਿਸਦਾ ਨਾਮ ਕੀ ਹੈ? ਗੀਟੇ, ਠੀਕ ਹੈ। ਫਿਰ ਤੁਸੀਂ ਪਿਕਚਰ ਵਿੱਚ ਆਉਣਾ ਕਿ ਇਸ ਵਿੱਚ 5-7 ਕੁੜੀਆਂ ਬੈਠੀਆਂ ਨੇ ਜੋ ਕਿ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀਆਂ ਨੇ ਤੇ ਉਹ ਆਪਸ ਵਿੱਚ ਰਲ ਮਿਲ ਕੇ ਖੇਡ ਰਹੀਆਂ ਨੇ, ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਉਹ ਮਿਲ ਜੁਲ ਕੇ ਖੇਡਦੇ ਨੇ, ਠੀਕ ਹੈ, ਔਰ ਇੱਕ ਦੂਸਰੇ ਦੇ ਜਲਦੀ ਉਹ ਫਰੈਂਡਸ ਬਣ ਜਾਂਦੇ ਨੇ, ਇੱਕ ਦੂਸਰੇ ਦੇ ਦੋਸਤ ਬਣ ਜਾਂਦੇ ਨੇ, ਠੀਕ ਹੈ। ਤੇ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਚਿਹਰੇ ਉੱਤੇ ਖੁਸ਼ੀ ਨਜ਼ਰ ਆ ਰਹੀ ਹੈ, ਬਹੁਤ ਵਧੀਆ ਤਰੀਕੇ ਦੇ ਨਾਲ ਗੀਟੇ ਖੇਡ ਰਹੀਆਂ ਨੇ, ਠੀਕ ਹੈ। ਗੀਟੇ ਇੱਕ ਅਜਿਹੀ ਲੋਕ ਖੇਡ ਹੈ ਜੋ ਪੁਰਾਣੀ, ਕਿਉਂਕਿ ਕਈ ਵਾਰੀ ਨਾ ਇੱਕ ਸਟਿਲ ਪਿਕਚਰ ਹੁੰਦੀ ਹੈ, ਠੀਕ ਹੈ, ਤੁਸੀਂ 9th ਵਿੱਚ ਵੀ ਕੀਤਾ ਹੋਏਗਾ, ਉਹਦੇ ਵਿੱਚ ਬਹੁਤ ਸਾਰਾ ਕੁਛ ਬਿਆਨ ਨਹੀਂ ਕੀਤਾ ਜਾਂਦਾ। ਕਈ ਪਿਕਚਰਸ ਏਦਾਂ ਨਹੀਂ ਹੁੰਦੀਆਂ ਜਿਹਦੇ ਵਿੱਚ ਬਹੁਤ ਸਭ ਕੁਛ ਬਿਆਨ ਕੀਤਾ ਹੁੰਦਾ, ਤੁਸੀਂ ਕੱਲੀ ਕੱਲੀ ਚੀਜ਼ ਨੂੰ ਦੇਖਦੇ ਹੋ ਉਹਦੇ ਵਿੱਚ, ਜਿਸ ਤਰ੍ਹਾਂ ਰੇਲਵੇ ਸਟੇਸ਼ਨ ਹੈ, ਠੀਕ ਹੈ, ਹਸਪਤਾਲ ਦਾ ਦ੍ਰਿਸ਼ ਹੈ ਉਹਦੇ ਵਿੱਚ। ਇਹ ਹੁਣ ਇੱਕ ਸਟਿਲ ਜਿਹੀ ਹੈ ਫੋਟੋ, ਇਹਦੇ ਵਿੱਚ ਸਿਰਫ ਕੁੜੀਆਂ ਤੇ ਉਹ ਖੇਡ ਰਹੀਆਂ ਹਨ। ਫਿਰ ਤੁਸੀਂ ਦੇਖਣਾ ਹੈ ਕਿ ਇਹ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕਰ ਰਹੀ ਹੈ। ਪੁਰਾਣੇ ਸੱਭਿਆਚਾਰ ਵਿੱਚ ਇਸ ਤਰ੍ਹਾਂ ਹੀ ਲੋਕੀ ਮਿਲ ਜੁਲ ਕੇ ਖੇਡਾਂ ਖੇਡ ਰਹੇ ਸਨ। ਇਹ ਖੇਡ ਅੱਜ ਕੱਲ ਕਿਤੇ ਨਾ ਕਿਤੇ ਅਲੋਪ ਹੋ ਗਈ ਹੈ, ਠੀਕ ਹੈ, ਜਿਹੜਾ ਜਸਲੀਨ ਨੇ ਦੱਸਿਆ ਸੀਗਾ। ਇਹ ਖੇਡ ਕਿਤੇ ਨਾ ਕਿਤੇ ਅਲੋਪ ਹੋ ਗਈ ਹੈ ਜੋ ਕਿ ਅੱਜ ਕੱਲ ਨਹੀਂ ਖੇਡੀ ਜਾਂਦੀ, ਤੇ ਬਹੁਤ ਸਾਰੇ ਬੱਚਿਆਂ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਹੋਏਗਾ, ਨੈਚੁਰਲੀ ਨਹੀਂ ਪਤਾ ਹੋਏਗਾ। ਤੁਹਾਡੇ ਵਿੱਚੋਂ ਦੀ ਕਾਫੀ ਇੱਧਰ ਬੱਚੇ ਹੋਣਗੇ ਜਿਨ੍ਹਾਂ ਨੂੰ ਇਹਦਾ ਨਹੀਂ ਪਤਾ ਹੋਏਗਾ। ਇਹ ਹੁੰਦੀ ਕੀ ਆ, ਜ਼ਮੀਨ ਤੇ ਰੱਖੀ ਜਾਂਦੀ ਆ, ਹੱਥ ਤੇ ਇੱਦਾਂ ਕੀਤਾ ਜਾਂਦਾ, ਇਸ ਤਰ੍ਹਾਂ ਕਰਕੇ ਇੱਥੇ ਸਾਰੇ ਦੇ ਸਾਰੇ ਜਿਹੜੇ ਛੋਟੇ ਛੋਟੇ ਜਿਹੇ ਪੱਥਰ ਜਿਹੇ ਹੁੰਦੇ ਉਹ ਆ ਜਾਂਦੇ ਆ। ਕਈ ਵਾਰੀ ਇਹਨੂੰ ਆਪਾਂ ਗੇਂਦ ਨਾਲ ਵੀ ਖੇਡਦੇ ਹਾਂ, ਇੱਕ ਪਾਸੇ ਆਪਾਂ ਗੇਂਦ ਨੂੰ ਇੱਦਾਂ ਉਛਾਲਦੇ ਹਾਂ, ਦੂਸਰੇ ਹੱਥ ਨਾਲ ਆਪਾਂ ਗੀਟੇ ਫੜਦੇ ਹਾਂ, ਠੀਕ ਹੈ। ਸੋ ਇਹ ਹੈ ਗੀਟੇ, ਰਾਈਟ। ਨੈਕਸਟ ਇੱਕ ਹੋਰ ਕਰਦੇ ਹਾਂ ਆਪਾਂ, ਇਹ ਤਾਂ ਪਤਾ ਹੋਏਗਾ ਸਾਰਿਆਂ ਨੂੰ ਇਹ ਕਿਹੜੀ ਖੇਡ ਹੈ, ਖੇਡਦੇ ਵੀ ਹੋਣਗੇ ਸਪੈਸ਼ਲੀ ਬੋਇਸ। ਅੰਮ੍ਰਿਤਪਾਲ, ਹਰਸ਼ਿਤ ਸਾਨੀ, ਮੇਹੁਲ, ਪਤਾ ਹੈ ਕਿਹੜੀ ਖੇਡ ਹੈ? ਉਦੋਂ ਦੀ ਸ਼ਿਵਾਂਸ਼ ਅਗਰਵਾਲ, ਹੋਰ ਵੀ ਜਿਹਨੂੰ ਪਤਾ ਹੈ, ਗਰਲਸ ਚੋਂ ਵੀ ਜੇ ਕਿਸੇ ਨੂੰ ਪਤਾ ਹੈ ਤਾਂ ਹੱਥ ਖੜੇ ਕਰੋ। ਯੈਸ ਸ਼ਿਵਾਂਸ਼, ਮੈਮ ਪਿੱਠੂ, ਵੈਰੀ ਗੁੱਡ ਪਿੱਠੂ, ਠੀਕ ਹੈ। ਇਹਦੇ ਬਾਰੇ ਐਕਸਪਲੇਨ ਕਰੋ, ਮੰਨ ਲਓ ਤੁਹਾਨੂੰ ਤਸਵੀਰ ਬਣਨ ਵਿੱਚ ਇਹੀ ਆ ਗਿਆ, ਓਕੇ ਹੈਂਡ ਰੇਜ਼ ਹੋ ਗਿਆ, ਠੀਕ ਹੈ। ਪਿੱਠੂ, ਪਿੱਠੂ ਬਾਰੇ ਜੇ ਆਪਾਂ ਕੁਝ 5-6 ਲਾਈਨਾਂ ਬੋਲਣੀਆਂ ਹੋਣ ਅਸੀਂ ਕਿੱਦਾਂ ਬੋਲਾਂਗੇ ਤਸਵੀਰ ਵਰਣਨ? ਤਸਵੀਰ ਵਰਣਨ ਪਿੱਠੂ ਤਾਂ ਹੈ, ਸ਼ਿਵਾਂਸ਼ ਉਹ ਤਾਂ ਤੁਸੀਂ ਆਂਸਰ ਦੇ ਦਿੱਤਾ, ਠੀਕ ਹੈ। ਇਹ ਵੀ ਕੀ ਹੈ? ਇੱਕ ਲੋਕ ਖੇਡ ਹੈ ਜੋ ਇਸ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਖੇਡ ਖੇਡੀ ਜਾ ਰਹੀ ਹੈ ਜੋ ਕਿ ਪਿੱਠੂ ਹੈ, ਠੀਕ ਹੈ। ਇਸ ਵਿੱਚ ਬੋਇਸ ਕਾਊਂਟ ਕਰ ਲਓ, ਇਸ ਵਿੱਚ ਇੰਨੇ ਮੁੰਡੇ ਹਨ, ਠੀਕ ਹੈ। ਇਹ ਜ਼ਿਆਦਾਤਰ ਮੁੰਡਿਆਂ ਵੱਲੋਂ ਖੇਡੀ ਜਾਂਦੀ ਖੇਡ ਹੈ। ਇਸ ਵਿੱਚ ਜੋ ਵੀ ਪਿਕਚਰ ਵਿੱਚ ਦਿਖਾਇਆ ਜਾ ਰਿਹਾ, ਦੇਖੋ ਉਹਨਾਂ ਨੇ ਡਿਗਰੀਆਂ ਰੱਖੀਆਂ ਹੋਈਆਂ ਨੇ, ਸੀ, ਠੀਕ ਹੈ, 5-7 ਡਿਗਰੀਆਂ ਟਿਕਾਈਆਂ ਹੋਈਆਂ ਨੇ। ਇੱਕ ਮੁੰਡੇ ਦੇ ਹੱਥ ਵਿੱਚ ਗੇਂਦ ਹੈ, ਉਹ ਗੇਂਦ ਨੂੰ ਉਹਦੇ ਵਿੱਚ ਪਿੱਠੂ ਦੇ ਤੇ ਮਾਰਦਾ ਹੈ,
ਠੀਕ ਹੈ ਤੇ ਬਾਕੀ ਸਾਰੇ ਗੇਂਦ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ ਠੀਕ ਹੈ ਜਿਸ ਤਰ੍ਹਾਂ ਵੀ ਤੁਸੀਂ ਇਹ ਗੇਮ ਖੇਡਦੇ ਹੋ ਇਹ ਵੀ ਜਿਹੜੀ ਖੇਡ ਹੈ ਇਹ ਵੀ ਅੱਜ ਕੱਲ੍ਹ ਜਿਹੜੀ ਅਲੋਪ ਹੋ ਗਈ ਹੈ ਠੀਕ ਹੈ ਕਿਉਂਕਿ ਆਧੁਨਿਕ ਯੁੱਗ ਆ ਗਿਆ ਇੰਟਰਨੈਟ ਦਾ ਯੁੱਗ ਆ ਗਿਆ ਇਸ ਲਈ ਜਿਹੜੇ ਬੱਚੇ ਹਨ ਉਹ ਮੋਸਟਲੀ ਘਰਾਂ ਵਿੱਚ ਹੀ ਹਨ ਹੁਣ ਦੇਖੋ 2 ਸਾਲ ਹੋ ਗਏ ਤੁਸੀਂ ਕਾਫੀ ਸਾਰੇ ਬੱਚੇ ਘਰਾਂ ਵਿੱਚ ਹੀ ਨੋ ਡਾਊਟ ਤੁਸੀਂ ਜਾਂਦੇ ਵੀ ਹੋਗੇ ਹੁਣ ਬਾਹਰ ਜਾਂਦੇ ਹੋਗੇ ਠੀਕ ਹੈ ਸਿਚੁਏਸ਼ਨ ਥੋੜੀ ਜਿਹੀ ਅੰਡਰ ਕੰਟਰੋਲ ਹੈ ਸੋ ਪਰ ਅੱਜ ਕੱਲ੍ਹ ਇਹ ਖੇਡਾਂ ਥੋੜੀ ਥੇ ਖੇਡਦੇ ਹੋ ਤੁਸੀਂ ਹੈ ਨਾ ਅੱਜ ਕੱਲ੍ਹ ਤੇ ਬੱਚਿਆਂ ਨੂੰ ਇੰਨਾ ਜ਼ਿਆਦਾ ਖੇਡਣ ਦਾ ਟਾਈਮ ਵੀ ਨਹੀਂ ਮਿਲਦਾ ਇੰਟਰਨੈਟ ਦਾ ਯੁੱਗ ਆ ਗਿਆ ਸੋ ਇਸ ਲਈ ਇਹ ਸਾਰੀਆਂ ਜਿਹੜੀਆਂ ਖੇਡਾਂ ਨੇ ਇਹ ਦਿਨੋ ਦਿਨ ਵਿਸਰਦੀਆਂ ਜਾ ਰਹੀਆਂ ਨੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਠੀਕ ਹੈ ਸੋ ਸਾਨੂੰ ਕੀ ਚਾਹੀਦਾ ਹੈ ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਇਹਨਾਂ ਖੇਡਾਂ ਨੂੰ ਮੁੜ ਜੀਵਿਤ ਕਰਨਾ ਚਾਹੀਦਾ ਹੈ ਠੀਕ ਹੈ ਇਹ ਸਾਰੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਨੇ ਰਾਈਟ ਇਸ ਤੋਂ ਹੁਣ ਤੁਸੀਂ ਵੱਡੇ ਹੋ ਗਏ ਛੋਟਿਆਂ ਦੀ ਖੇਡਾਂ ਪਰ ਜੇ ਆਪਾਂ ਇੰਜੋਏ ਕਰਨਾ ਹੈ ਤਾਂ ਆਪਾਂ ਖੇਡ ਸਕਦੇ ਹਾਂ ਠੀਕ ਹੈ ਕਲੀਅਰ ਹੈ ਜੀ ਤਸਵੀਰ ਵਰਣਨ ਓਕੇ ਹੋਰ ਵੀ ਕਾਫੀ ਸਾਰੀਆਂ ਤੁਹਾਨੂੰ ਪਿਕਚਰਸ ਆ ਸਕਦੀਆਂ ਨੇ ਆਈ ਥਿੰਕ ਆਪਾਂ 2-3 ਪਹਿਲਾਂ ਵੀ ਕੀਤੀਆਂ ਹੋਈਆਂ ਨੇ ਠੀਕ ਹੈ ਇਸੇ ਤਰ੍ਹਾਂ ਹੀ ਹੋਰ ਵੀ ਆਪਾਂ ਕਦੀ ਨਾ ਕਦੀ ਟਾਈਮ ਮਿਲਿਆ ਤਾਂ ਤੁਹਾਨੂੰ 2-2 ਪਿਕਚਰਸ ਕਰਵਾਉਂਦੀ ਜਾਇਆ ਕਰਾਂਗੀ ਠੀਕ ਹੈ ਤਾਂ ਕਿ ਤੁਹਾਨੂੰ ਹੋਰ ਜ਼ਿਆਦਾ ਪ੍ਰੈਕਟਿਸ ਹੋ ਸਕੇ ਕਲੀਅਰ ਹੈ ਟਾਈਮ ਥੋੜਾ ਰਹਿ ਗਿਆ ਆਪਾਂ ਅਗੇਤਰ ਕਰ ਲੈਂਦੇ ਹਾਂ ਰਾਈਟ ਬਿਕੋਜ਼ ਜੇ ਤੁਹਾਡਾ ਨੈਕਸਟ ਵੀਕ ਟੈਸਟ ਹੋਇਆ ਸਬਜੈਕਟਿਵ ਹੋਏਗਾ ਇਸ ਵਾਰੀ ਤੁਹਾਡਾ ਟੈਸਟ ਬੇਟਾ ਓਬਜੈਕਟਿਵ ਨਹੀਂ ਹੋਏਗਾ ਠੀਕ ਹੈ ਰਿਟਨ ਫਾਰਮ ਚ ਵਿੱਚ ਔਰ ਤੁਸੀਂ ਸੈਂਡ ਕਰਨਾ ਹੈ ਇਸ ਵਾਰੀ ਆਪਣਾ ਟੈਸਟ ਸੋ ਥੋੜੇ ਬਹੁਤੇ ਅਗੇਤਰ ਵੀ ਆ ਜਾਣਗੇ ਓਕੇ ਅਗੇਤਰ ਆਪਾਂ ਪਹਿਲੇ 25 ਕੀਤੇ ਹੋਏ ਨੇ ਅਗਰ ਤੁਹਾਨੂੰ ਯਾਦ ਹੋਵੇ PT1 ਦੇ ਲਈ ਠੀਕ ਹੈ ਅਕੋਰਡਿੰਗ ਟੂ ਨਿਊ ਬੁੱਕ ਪੁਰਾਣੀ ਬੁੱਕ ਦੇ ਵਿੱਚ ਵੀ ਤੁਹਾਡੇ ਕਾਫੀ ਹੋਣਗੇ ਉਹਨਾਂ ਨੂੰ ਵੀ ਫੋਲੋ ਕਰ ਲਈਓ ਠੀਕ ਹੈ ਸੁਣਨਾ ਹੀ ਹੈ ਲਿਖਣੇ ਹੋਣਗੇ ਤਾਂ ਕੋਈ 5 ਦਾ ਅਗੇਤਰ ਲਿਖ ਲਿਓ ਕਿਉਂਕਿ ਆਈ ਥਿੰਕ ਤੁਸੀਂ ਪਹਿਲਾਂ ਵੀ 5 ਲਿਖੇ ਨੇ ਸੋ ਹਰ ਟਰਮ ਦੇ ਕੋਈ 5-5-5-5 ਲਿਖੀ ਚਲੋ ਤੇ ਤੁਹਾਡੀ ਨੋਟਬੁੱਕ ਤੇ ਵੀ ਕਾਫੀ ਸਾਰੇ ਅਗੇਤਰ ਆ ਜਾਣਗੇ ਠੀਕ ਹੈ ਸੋ ਨੈਕਸਟ ਆਪਾਂ ਸ਼ਾਹ ਤੱਕ ਕੀਤਾ ਸੀ ਠੀਕ ਹੈ ਨੈਕਸਟ ਹੈ ਸਰਵ ਸਰਵ ਠੀਕ ਹੈ ਸਰ ਮੀਨਸ ਸਿਹਤ ਉਹਦੇ ਨਾਲ ਠੀਕ ਹੈ ਹੁਣ ਸਰ ਤੋਂ ਕਿਹੜੇ ਕਿਹੜੇ ਅਗੇਤਰ ਬਣ ਸਕਦੇ ਨੇ ਸਰ ਤੋਂ ਹੋਰ ਕਿਹੜੇ ਕਿਹੜੇ ਅਗੇਤਰ ਬਣ ਸਕਦੇ ਨੇ ਅਗੇਤਰ ਤਾਂ ਪਤਾ ਹੀ ਹੈ ਨਾ ਤੁਹਾਨੂੰ ਮੂਲ ਸ਼ਬਦਾਂ ਦੇ ਨਾਲ ਲੱਗਦੇ ਨੇ ਤੇ ਉਸ ਦਾ ਆਪਣਾ ਵੀ ਕੋਈ ਨਾ ਕੋਈ ਮਤਲਬ ਹੋਣਾ ਚਾਹੀਦਾ ਹੈ ਜੇ ਆਪਾਂ ਉਸ ਨੂੰ ਨਿਖੇੜ ਵੀ ਦਿੰਦੇ ਹਾਂ ਵੱਖ ਵੀ ਕਰਦੇ ਹਾਂ ਤੇ ਤਾਂ ਵੀ ਉਹਦਾ ਮੀਨਿੰਗ ਵੀ ਹੋਣਾ ਚਾਹੀਦਾ ਹੈ ਤੇ ਜਿਹੜਾ ਤੁਸੀਂ ਪੂਰਾ ਅਗੇਤਰ ਬਣਾਉਂਦੇ ਹੋ ਉਹਦਾ ਵੀ ਇੱਕ ਮਤਲਬ ਹੋਣਾ ਚਾਹੀਦਾ ਹੈ ਸੋ ਸਰ ਤੋਂ ਕੀ ਬਣ ਸਕਦਾ ਹੈ ਸਰਪੰਚ ਪੰਚ ਹੁੰਦਾ ਨਾ ਹਰ ਇੱਕ ਪਿੰਡ ਵਿੱਚ ਪੰਚ ਹੁੰਦੇ ਨੇ 5 ਮੈਂਬਰ ਹੁੰਦੇ ਨੇ ਉਹਦੇ ਵਿੱਚ ਸਰਪੰਚ ਹੁੰਦਾ ਹੈ ਜਿਹੜਾ ਲੀਡ ਕਰਦਾ ਹੈ ਪੂਰੇ ਪਿੰਡ ਨੂੰ ਸਰਪੰਚ ਸਰਹੱਦ ਠੀਕ ਹੈ ਸਰਗੁਣ ਸਰਗੁਣ ਮਤਲਬ ਜਿਹਦੇ ਵਿੱਚ ਬਹੁਤ ਸਾਰੇ ਗੁਣ ਹੋਣ ਠੀਕ ਹੈ ਹੋਰ ਸਰਹੱਦ ਬਾਰਡਰ ਠੀਕ ਹੈ ਹੋਰ ਸਰਗਰਮ ਠੀਕ ਹੈ ਇਹ ਮੁੱਦਾ ਬਹੁਤ ਜ਼ਿਆਦਾ ਸਰਗਰਮ ਹੈ ਹਾਈਲਾਈਟ ਰਹਿੰਦਾ ਹੈ ਹਮੇਸ਼ਾ ਠੀਕ ਹੈ ਨਿਊਜ਼ ਵਿੱਚ ਰਹਿੰਦਾ ਹੈ ਸਰਤਾਜ ਠੀਕ ਹੈ ਸਿਰ ਦਾ ਤਾਜ ਜਿਹਨੂੰ ਆਪਾਂ ਕਹਿ ਰਹੇ ਹਾਂ ਨੈਕਸਟ ਹੈ ਸਰਬ ਸਰਬ ਇਹ ਏਦਾਂ ਵੀ ਹੈ ਤੇ ਇਸ ਤਰ੍ਹਾਂ ਵੀ ਹੈ ਸਰਬ ਤੇ ਸਰਬ ਠੀਕ ਹੈ ਮਤਲਬ ਉਹਦੇ ਸਾਰੇ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਪਰਮਾਤਮਾ ਕੀ ਹੈ ਸਰਵ ਵਿਆਪਕ ਫਿਰ ਉਹਦੇ ਵਿੱਚ ਆਪਾਂ ਸੈਕਿੰਡ ਵਾਲਾ ਲਗਾਉਂਦੇ ਹਾਂ ਵਹ ਵਾਲਾ ਸਰਵ ਵਿਆਪਕ ਹਰ ਪਾਸੇ ਮੌਜੂਦ ਹੈ ਸਰਬ ਉੱਚ ਠੀਕ ਹੈ ਬਹੁਤ ਵੱਡਾ ਸਰਬ ਉੱਚ ਨਿਆਲਿਆ ਸਰਬ ਸੰਮਤੀ ਸਾਰਿਆਂ ਦੀ ਇੱਕੋ ਜਿਹੀ ਰਾਏ ਸਰਵ ਸ਼ਕਤੀਮਾਨ ਉਹਦੇ ਵਿੱਚ ਵਹ ਵਾਲਾ ਆਏਗਾ ਵਾਵੇ ਵਾਲਾ ਸਰਵ ਸ਼ਕਤੀਮਾਨ ਸਰਵ ਸਮਰੱਥ ਸਰਵ ਨਾਸ਼ ਸਰਵ ਸਾਂਝਾ ਸਰਵ ਸਾਂਝੀ ਵਾਲਤਾ ਠੀਕ ਹੈ ਇਹ ਸਾਰੇ ਨੈਕਸਟ ਹਮ ਇਹ ਤਾਂ ਬਹੁਤ ਈਜ਼ੀ ਹੈ ਹਮ ਮੀਨਸ ਬਰਾਬਰ ਸੇਮ ਹਮ ਤੋਂ ਬਣਾਓ ਜ਼ਰਾ ਅਗੇਤਰ ਹਮ ਕਾਫੀ ਸਾਰੇ ਨੇ ਬੇਟਾ ਤੁਸੀਂ 6 ਤੋਂ ਕਰਦੇ ਆ ਰਹੇ ਹੋ ਇਹ ਹਮ ਤੋਂ ਹਮ ਹਮਦਰਦ ਯੈਸ ਜਯਾ ਹਮਦਰਦ ਠੀਕ ਹੈ ਹਮਦਰਦ ਸਫ਼ਰ ਹਮ ਸਫ਼ਰ ਓਕੇ
ठीक है जी। हाँ जी राइट। हम तो की है, हम सफर, हम राही, हम जोली, हम शकल, ठीक है, हम राज, और हम जाति, ठीक है, इको ही जमात दा, राइट, इको ही जात दा। हम ख्याल, साडे जेडे ख्याल ने, साडे जेडे विचार ने, वो सेम ही हन। हम नाम, सेम उम्र दे, या सॉरी सेम नाम दे, ठीक है, जिस तरह तुहाडी क्लास च भी ने, दोनों दे नाम ऑलमोस्ट सेम ने। नेक्स्ट है क, एक क है, एक कू है, ठीक है, फिफ्थ वाला कू, राइट, क मतलब बुरा, कू मतलब बुरा, जिस तरह आप कह रही है कपुत्तर, ठीक है, कबोल, माड़े बोल, करूप, जिहड़ा इन्ना सोहना नहीं हुंदा, उहदी शक्ल इन्नी सोहणी, कदेसण, आप कहने कि देश तो निकल जा तू तक देसन है, तेन देश नाल कोई ज्यादा प्यार नहीं है। नेक्स्ट कू बुरा, कुपुत्तर, ठीक है, कुचज्जा, जिन्हों किसी काम करन दा कोई ज्यादा ढंग नहीं हुंदा, कुलक्षण, कुसंगत, कुरूप, ठीक है, राइट, कुराहे, कुवेला, कुराहे माड़ा रा, कुवेला चंगा वेला नहीं है, वो माड़ा वेला है, माड़ा समा चल रहा है, ठीक है, कुथां, माड़ी जगह, कुकर्म, साडे जड़े कर्म ने वो चंगे नहीं हन, ठीक है। नेक्स्ट है कम, सिक्स्थ है कम, घट, ठीक है, कम, कम अकल, उन्हों अकल आप कहने ना, अकल बहुत घट आ, ठीक है, कम चोर, कम नहीं करता, कम जात, कम दिल, कम दिल मतलब वो थोड़े दिल का है, ठीक है, ये थानू अगर इदा पूछ जाण के कम दे, कम का सही अगेत्र चुनो, ठीक है, छोटा दिल, राइट, छोटे दिल नू आपां थोड़ी आपां एग्जैक्ट बोलना कम दिल, आपां छोटा दिल नहीं बोलते, या आपां तंग दिल बोलते हाँ, या आपां कम दिल बोलते हाँ, क्लियर है। नेक्स्ट है कल, 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 कल मतलब पैड़ा, ठीक है, कलयुग आप बोलते हैं, कलयुग आ गया, बहुत पैड़ा युग आ गया, कल जोगण, कल मूहा, ठीक है, और कल दे किसी नू पता है अगेतर, कल नेक्स्ट खुश, एट है खुश, खुश मतलब चंगा, बहुत सारे बन सकते ने, खुश किस्मत, खुश नसीब, खुशबो, ठीक है, खुश मिजाज, खुश दिल, खुश प्रेमी, खुश तबीयत, खुश हाल, राइट, जड़ा उदा हाल है बहुत ज्यादा खुश है, मतलब बहुत ज्यादा हैप्पी है। नेक्स्ट गैर, गैर, गैर मीन्स बेगाना, गैर जिम्मेवार, गैर कानूनी, गैर जरूरी, गैर रस्मी, गैर सरकारी, ठीक है, गैर हाजर। फिर है गुर, नेक्स्ट है गुर, गुर मतलब गुरु, टेंथ है गुर, गुरगद्दी, गुरमुख, ठीक है, गुर उपदेश, गुर मंत्र, गुर प्रसाद, गुरुद्वारा, गुर प्रताप, राइट, आप 15 कर लेने हाँ, ठीक है, उस तो बाद विच हौली 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 पांच 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 बार फिर करते जावांगे। 11th है चू, ते दे नाल ही मिलदा जुलदा चू, ते 12th है चौ मतलब चार, ठीक है, चुपाया, जिदे चार पैर हुंदे ने, चौनी, ठीक है, चार आने मतलब चौनी, चुगिरदा तुहाडा आला दुआला, चुकन्ना, चुपेरा, चुबारा, चुपहरा, ठीक है, अगे चौ, 12th, एदा मतलब चार। ठीक है, चौकड़ी, चौपटी, हुण इह नहीं कि चौ चौक चार मतलब एदा एग्जैक्ट, ठीक है, चार, राइट, चौकड़ी मारी हुई है, चौपटी, चौ गुणा,
चौमुखिया, चौपाया, चौरस, हरजोबन प्रीत सिंह, अगर तुसी कुछ पूछना है पहले तुसी अपनी वीडियो ऑन करो। हरजोबन, हाँ जी जसलीन मैम, चूद एक बार फिर से दस दो। हाँ जी, चूद थोड़ा उच्ची बोलोगे मैम? चूद एक बार फिर तो दस दो। चूदा, चूदा चवानी, चुरस्ता, चुगिरदा, चुकन्ना, चुपेरा, चुपहरा, राइट। चौदा, चौरस्ता, जेडे चार रस्ते होंगे आ, ठीक है। और चौराहा, चौराहा नहीं आप चौराहा बोलना है, चौपैया, ठीक है, चौमुखिया, इस तरह वाले। नेक्स्ट थर्टीन है चौहो। ए बेटा ये तीन ने, चौहो भी कर सकते हैं आप, चार भी कर सकते हैं, चारे भी कर सकते हैं, ठीक है। चौहो भी हो सकता है, चारे भी हो सकता है, और चार भी हो सकता है, ठीक है। चौ पासे आप कहने, चौ पासे नजर मारो, अपने आले दुआले नजर मार के देखो जरा, ठीक है। चार पासे भी आप कह रहे हाँ, चार दिशावां भी आप बोल दें, चौ दिशावां भी बोल दें, ठीक है। चार दिशावां ना अपनी, चार दिशावां भी हो सकता है, चौ दिशावां भी हो सकता है, चारे दिशावां भी हो सकता है, ठीक है। और चार चुपेरे, चारे कुंटा, राइट। चारे कुंटा की है, मैं चारे कुंटा पा लिया, मैं मतलब के हर पासे जाके देख लिया, हर एक देख लिया, मेनू प्रभु की प्राप्ति जड़ी है वो हो गई, ठीक है, वो वाला है। चौहो मार्गी, जिन्हों चार मार्ग लगते हैं, चार मार्ग भी कह सकते हैं, चारे मार्ग भी कह सकते हैं, चौहो मार्ग भी कह सकते हैं, ठीक है। ये इसे तरीके नाल आ सकता है, ये तुसी इहदे नाल रिलेटेड कोई भी अगेतर लिख सकते हो। नेक्स्ट छी, फोर्टीन, छह नू सिहारी, छी मतलब छे, छिहरटा, ठीक है। छिमाही, छे महीनिया बाद आंदी जांदी, ठीक है। छिहरटा एक जगह का नाम है, छियासी, 86, ठीक है, मतलब छे लगा हो मतलब छियासी, ठीक है। नेक्स्ट लास्ट जन, जन जन मतलब लोग, जनसंख्या, जनजाति, जन जीवन, जनहित, ठीक है। जनसंख्या, जनजाति, जनहित, जनजीवन, क्लियर है। ये 15 करांगे बेटा, ओके। बाकी अपा नाल दे नाल करदे जावांगे, राइट। अगर किसी ने कोई एक्स्ट्रा आंदा है जेडे मैं लिखे नहीं है, जेडे मैं नहीं बोले होंगे वो मैनू दस दो। क्लियर है जी, किसी का कोई डाउट होए? नो no?